ਸਭ ਤੋਂ ਪਹਿਲਾਂ ਉਰੇ ਆ ਕੇ ਰਜਿਸਟ੍ਰੇਸ਼ਨ ਹੋਣਾ ਬਹੁਤ ਜ਼ਰੂਰੀ ਆ। ਰਜਿਸਟਰਡ ਹੋਣ ਤੋਂ ਬਿਨਾਂ ਤੁਹਾਨੂੰ ਜਿਹੜਾ ਕਮਰਾ ਉਹ ਨਹੀਂ ਮਿਲਦਾ। ਤੁਸੀਂ ਉਰੇ ਆਪਦਾ ਆਧਾਰ ਕਾਰਡ ਵੀ ਲੈ ਕੇ ਆਉਣਾ, ਉਰੇ ਸਾਰਿਆਂ ਦੇ ਆਧਾਰ ਕਾਰਡ ਲੈ ਕੇ ਹੀ ਤੁਹਾਨੂੰ ਸਲਿੱਪ ਮਿਲੂਗੀ। ਰਜਿਸਟਰਡ ਹੋਵੋਗੇ ਫਿਰ ਹੀ ਕਮਰਾ ਬੁੱਕ ਹੋ ਸਕਦਾ। ਹਾਂਜੀ, ਰਜਿਸਟ੍ਰੇਸ਼ਨ ਅਸੀਂ ਉੱਧਰਲੇ ਪਾਸੇ ਕਰਵਾ ਕੇ, ਰਜਿਸਟ੍ਰੇਸ਼ਨ ਤੋਂ ਬਾਅਦ ਤੁਸੀਂ ਇੱਥੇ ਰੂਮ ਲੈ ਸਕਦੇ ਹੋ। ਇਹ ਨੌਨ ਏ ਸੀ ਆ ਅਤੇ ਦੂਜੇ ਸਾਈਡ ਕਾਊਂਟਰ 2 ਅਤੇ ਏ ਸੀ ਰੂਮਸ ਨੇ। ਬਾਰਿਸ਼ ਵੈਸੇ ਬਹੁਤ ਜ਼ਿਆਦਾ, ਅਸੀਂ ਸਾਰਿਆਂ ਨੇ ਏ ਸੀ ਨਹੀਂ ਲੈਤੇ, ਨੌਨ ਏ ਸੀ ਲੈਤੇ ਆ। ਲਓ ਜੀ, ਸਭ ਤੋਂ ਆਪਣਾ ਪਹਿਲਾ ਕੰਮ ਡਨ ਹੋ ਚੁੱਕਿਆ, ਰਜਿਸਟ੍ਰੇਸ਼ਨ ਹੋ ਚੁੱਕੀ ਆ, ਕਮਰੇ ਦੀ ਚਾਬੀ ਸਾਡੇ ਹੱਥ 'ਚ ਆ ਗਈ ਆ। ਸੋ ਥੈਂਕ ਯੂ ਵੈਰੀ ਮਚ। ਸਾਨੂੰ ਉੱਥੇ ਕਾ ਵੀ ਮਿਲਿਆ, ਇਹਦੇ ਵਿੱਚ ਸਾਨੂੰ ਸਾਰੀ ਜਾਣਕਾਰੀ ਆ ਹੇਮਕੁੰਟ ਸਾਹਿਬ ਵਾਸਤੇ। ਹੁਣ ਅਸੀਂ ਇਸ ਤੋਂ ਬਾਅਦ ਕਰਾਵਾਂਗੇ ਸਵੇਰ ਦੀ ਬੁਕਿੰਗ ਵਾਸਤੇ, ਜਿਹੜੀ ਸਾਨੂੰ ਗੋਬਿੰਦ ਘਾਟ ਤੱਕ ਉਤਾਰੂਗੀ। ਉਹਦੀ ਅਸੀਂ ਬਸ ਬੈਗ ਰੱਖ ਕੇ ਉਸ ਤੋਂ ਬਾਅਦ 10-15 ਮਿੰਟਾਂ ਬਾਅਦ ਬੁਕਿੰਗ ਕਰਵਾ ਕੇ ਆਵਾਂਗੇ, ਕਿਉਂਕਿ ਸ਼ਾਮ ਨੂੰ ਵੀ ਬੁਕਿੰਗ ਹੋ ਜਾਵੇ ਫਿਰ ਸਵੇਰੇ ਇੰਨੀ ਹਫੜਾ ਦਫੜੀ 'ਚ ਬੁਕਿੰਗ ਬਹੁਤ ਔਖੀ ਹੁੰਦੀ ਹੈਗੀ। ਇਸ ਕਰਕੇ ਬੁੱਕ ਕਰ ਲਾਂਗੇ। ਬਹੁਤ ਸੋਹਣਾ ਗੁਰਦੁਆਰਾ ਬਣਿਆ ਹੋਇਆ, ਫਸਟ ਟਾਈਮ ਆਇਆ ਸੀ, ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ। ਇੱਕ ਦੋ ਅੱਖਰਾਂ ਦੇ ਵਿੱਚ ਅਸੀਂ ਇਹਨੂੰ ਬਿਆਨ ਕਰ ਸਕਦੇ ਹਾਂ, ਸਵਰਗ ਆ ਪੂਰਾ। ਸਵਰਗ ਹੈ ਨਾ ਡੈਡੀ ਪੂਰਾ, ਸਵਰਗ ਹੈ ਨਾ ਪੂਰਾ। ਰੂਮ ਨੰਬਰ 112 ਥਰਡ ਫਲੋਰ ਤੇ, ਚੜ੍ਹਾਈ ਤਾਂ ਉਰੂ ਪਾਪਾ, ਚੜ੍ਹਾਈ ਤਾਂ ਉਰੂ ਹੀ ਸਟਾਰਟ ਹੋ ਗਈ ਹਣਾ ਜੀ। ਵਾਹ 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 ਵਾਹ, ਇੱਧਰ ਵੀ ਆਵਾਂ ਕੋਈ ਨਾ, ਪਹਿਲਾਂ ਬੈਗ ਰੱਖੇ ਹੀ। ਸਰ ਆ ਗਿਆ, ਆਪਕਾ ਕਿਆ ਹੋਗਾ? ਹਮ ਬਹੁਤ ਐਕਸਾਈਟਡ ਹੈ। ਕੋਈ ਬਾਤ ਨਹੀਂ। ਵਾਹ ਵਾਹ, ਕਿੰਨਾ ਸੋਹਣਾ ਵੈਦਰ ਹੈ। ਮੀਂਹ ਪੈਣ ਨਾਲ ਤਾਂ ਚਾਰ ਚੰਦ ਲੱਗ ਗਏ ਨਾ ਡੈਡੀ ਯਾਤਰਾ 'ਚ। ਉਦਘਾਟਨ ਕੇ ਪੈਸੇ, ਕੋਈ ਪੈਸੇ ਪੂਸੇ ਨਹੀਂ। ਵਾਹ, ਸ਼ੁਰੂ ਹੋਤੇ ਹੁਣ ਅਸੀਂ ਜਾ ਰਹੇ ਹਾਂ ਬੁਕਿੰਗ ਕਰਨ ਸਵੇਰ ਲਈ। ਕਿੰਨੇ ਵਜੇ ਚੱਲਣਾ ਡੈਡੀ? ਸਵੇਰੇ 5 ਵਜੇ ਜਾਣਾ ਅਤੇ ਹੁਣ ਅਸੀਂ ਗੱਡੀ ਬੁੱਕ ਕਰੀਏ, ਗੱਡੀ ਬੁੱਕ ਕਰਕੇ ਸਵੇਰੇ ਪਾਈਏ, ਚੱਲੇ ਸ਼੍ਰੀ ਹੇਮਕੁੰਟ ਸਾਹਿਬ ਨੂੰ। ਯੈਸ, ਪਰਮਾਤਮਾ ਦਾ ਆਸ਼ੀਰਵਾਦ ਲੈ ਕੇ ਚੱਲਾਂਗੇ। ਹਾਂਜੀ, ਪਰਮਾਤਮਾ ਦੇ ਆਸ਼ੀਰਵਾਦ ਤੋਂ ਬਿਨਾਂ ਤਾਂ ਜਾਇਆ ਵੀ ਨਹੀਂ ਜਾਣਾ, ਇਹਦਾ ਜ਼ਰੂਰੀ ਹੈ। ਅਸੀਂ ਟਿਕਟਸ ਦੇਖਦੇ ਹਾਂ, ਬੁੱਕ ਕਰਦੇ ਹਾਂ ਜਾ ਕੇ, ਕਿੰਨੇ ਦੀਆਂ ਮਿਲਦੀਆਂ ਨੇ, ਕਿਹੜੀ ਕਰਦੇ ਹਾਂ, ਟਰੈਵਲਰ ਕਰਦੇ ਹਾਂ ਜਾਂ ਛੋਟੀ ਗੱਡੀ ਕਰਦੇ ਹਾਂ, ਕਿੰਨੇ ਲੈਂਦੇ ਨੇ ਦੇਖਦੇ ਹਾਂ ਜਾ ਕੇ। ਇੱਥੋਂ ਕਰਾਈ ਅਸੀਂ ਟਿਕਟ ਬੁੱਕ ਅਤੇ ਹੁਣ ਅਸੀਂ ਜਾ ਰਹੇ ਹਾਂ ਦੁਬਾਰ ਤੋਂ ਗੁਰੂ ਘਰ। ਚਾਹ ਪਾਣੀ ਪੀਵਾਂਗੇ। ਦੇਖ ਤਾਂ ਹੀ ਬਣਾ ਰਹੀ ਡੈਡੀ ਮੈਂ ਪਹਿਲਾਂ ਆਹ ਵਾਲਾ ਟੈਂਪੂ ਟਰੈਵਲਰ ਬੁੱਕ ਕਰ ਲਿਆ, ਹੁਣ ਅਸੀਂ ਫੋਰਸ ਅਤੇ ਇਹਦੇ ਵਿੱਚ ਜਾਵਾਂਗੇ ਸਵੇਰੇ 5 ਵਜੇ, 5:30 ਦੇ ਲਾਗੇ ਗੋਬਿੰਦ ਘਾਟ ਪਹੁੰਚ ਜਾਵਾਂਗੇ।
ਤੁਸੀਂ ਭਾਈ ਦਾ ਵੀ ਟਾਈਮ ਤੋਂ ਲੇਟ ਹੁੰਦੇ ਹੋ ਤਾਂ ਹੀ ਲਾਉਣਾ। ਬਹੁਤ ਜ਼ਿਆਦਾ ਭੀੜ ਹੋ ਰਹੀ ਆ ਰੂਮਸ ਵਾਸਤੇ ਅਤੇ ਦੂਜੀ ਸਾਈਡ ਰਜਿਸਟ੍ਰੇਸ਼ਨ ਵਾਸਤੇ ਬਹੁਤ ਜ਼ਿਆਦਾ ਭੀੜ ਹੋ ਰਹੀ ਆ। ਇਸ ਕਰਕੇ ਆਪਦਾ ਟਾਈਮ ਨਾਲ ਇੱਥੇ ਪਹੁੰਚੋ ਅਤੇ ਰੂਮ ਦੀ ਜਿਹੜੀ ਹੈ ਬੁਕਿੰਗ ਕਰੋ, ਤਾਂ ਹੀ ਸੌਖਾ ਹੋਊਗਾ ਹੇਮਕੁੰਡ ਸਾਹਿਬ ਦੀ ਯਾਤਰਾ ਦਾ ਸਫ਼ਰ, ਜੇ ਹਰ ਇੱਕ ਚੀਜ਼ ਆਪਾਂ ਨੂੰ ਸਹੀ ਟਾਈਮ 'ਤੇ ਮਿਲ। ਹਾਂਜੀ, ਇਹ ਸੰਗਤਾਂ ਸਾਨੂੰ ਰਿਸ਼ੀਕੇਸ਼ ਗੁਰਦੁਆਰੇ 'ਚ ਮਿਲੀਆਂ ਨੇ ਅਤੇ ਸੰਗਤਾਂ ਨੇ ਸਾਨੂੰ ਉੱਥੇ ਹੇਮਕੁੰਡ ਸਾਹਿਬ ਵਾਸਤੇ ਮਾਇਆ ਦਿੱਤੀ ਹੈ ਅਰਦਾਸ ਕਰਾਉਣ ਦੇ ਲਈ। ਵਾਹਿਗੁਰੂ ਇਹਨਾਂ ਦੇ ਜਿਨ੍ਹਾਂ ਜਿਨ੍ਹਾਂ ਦੇ ਖਜ਼ਾਨਿਆਂ ਵਿੱਚੋਂ ਮਾਇਆ ਆਈ ਹੈ ਇਹਨਾਂ ਸਾਰਿਆਂ ਦੇ ਖਜ਼ਾਨੇ ਭਰਪੂਰ ਰੱਖੇ, ਬਰਕਤ ਰੱਖੇ, ਚੜ੍ਹਦੀਆਂ ਕਲਾਂ ਵਿੱਚ ਰੱਖੇ, ਤੰਦਰੁਸਤ ਰੱਖੇ। ਸਤਿ ਸ਼੍ਰੀ ਅਕਾਲ ਜੀ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਰਸੀਦ ਪਾ ਦਿੱਤੀ ਹੈ ਜਿਹੜੀ ਸਾਨੂੰ ਉੱਥੇ ਸੰਗਤ ਮਿਲੀ ਸੀ, ਜਿਹੜੇ ਉਹਨਾਂ ਨੇ ਚੜ੍ਹਾਉਣ ਨੂੰ ਕਿਹਾ ਸੀਗਾ ਪੈਸੇ। ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ ਰਿਸ਼ੀਕੇਸ਼ ਹੈਗਾ ਇਹ, ਅਤੇ ਹੁਣ ਅਸੀਂ ਦਰਸ਼ਨ ਮੇਲਾ ਕਰਨ ਜਾ ਰਹੇ ਹਾਂ ਜੀ। ਬਹੁਤ ਸੋਹਣਾ ਬਣਿਆ ਹੋਇਆ ਗੁਰਦੁਆਰਾ ਇੱਥੋਂ ਦਾ। ਤੁਸੀਂ ਛੋਟੇ ਛੋਟੇ ਜੀ ਅਤੇ ਮੈਂ ਸਾਡੇ ਦਾਦੇ ਨੂੰ ਪੂਰੇ ਲੈ ਕੇ ਆਇਆ ਸੀਗਾ, ਸਾਡੇ ਦਾਦੀ ਨੂੰ ਦਾਦੇ ਨੂੰ ਸਾਰਿਆਂ ਨੂੰ ਦਰਸ਼ਨ ਕਰਾ ਕੇ ਲੈ ਕੇ। ਅਸੀਂ ਆਪਣੇ ਛੋਟੇ ਛੋਟੇ ਅਸੀਂ ਆਪਣੇ ਬਚਪਨ ਦੀ ਪਿੱਕ ਸਾਈਡ 'ਤੇ ਲਗਾਵਾਂਗੇ ਉਦੋਂ ਅਸੀਂ ਉਰੇ ਆਏ ਸੀ ਜਦੋਂ। ਹੇਮਕੁੰਡ ਸਾਹਿਬ ਦੀ ਜਿਵੇਂ ਹੈ ਨਾ ਗੁਰਦੁਆਰੇ ਦੇ ਆਰਕੀਟੈਕਚਰ ਆ ਉਸ ਤਰ੍ਹਾਂ ਹੀ ਬਣਿਆ ਹੋਇਆ ਹੈਗਾ, ਜਮੀ ਸੇਮ ਟੂ ਸੇਮ। ਅਸੀਂ ਚਾਹ ਪੀਣੀ ਆ ਕਿਉਂਕਿ ਬਹੁਤ ਥੱਕੇ ਪਏ ਹਾਂ ਇੰਨੀ, ਫਿਰ ਅਸੀਂ ਥੋੜ੍ਹੀ ਜਿਹੀ ਰੈਸਟ ਕਰ ਲਈ ਸੀ, ਹੁਣ ਅਸੀਂ ਬੁਕਿੰਗ ਕਰਵਾ ਕੇ ਆਏ ਹਾਂ, ਫਿਰ ਅੰਦਰ ਮੱਥਾ ਟੇਕਿਆ ਸੀ ਦਰਬਾਰ ਸਾਹਿਬ ਦੇ ਵਿੱਚ, ਅਤੇ ਹੁਣ ਅਸੀਂ ਚੱਲੇ ਹਾਂ ਚਾਹ ਪੀਣ ਅਤੇ ਭਾਂਡੇ ਲੈਂਦੇ ਹਾਂ ਅਤੇ ਚਾਹ ਪੀਂਦੇ ਹਾਂ ਅਤੇ ਤੁਹਾਨੂੰ ਮਿਲਦੇ ਹਾਂ ਫਿਰ। ਜੇ ਕਿਸੇ ਵੀ ਬੰਦੇ ਨੂੰ ਏ ਟੀ ਐੱਮ ਦੇ ਵਿੱਚੋਂ ਪੈਸੇ ਕਢਵਾਉਣ ਦੀ ਲੋੜ ਹੋਵੇ ਤਾਂ ਤੁਸੀਂ ਇਹ ਗੁਰਦੁਆਰੇ ਦੇ ਵਿੱਚ ਅਵੇਲੇਬਲ ਹੈ, ਤੁਸੀਂ ਦੇਖ ਸਕਦੇ ਹੋ।
ਅਤੇ ਇਹ 24 ਘੰਟੇ ਖੁੱਲ੍ਹਾ ਰਹਿੰਦਾ ਹੈ ਅਤੇ ਜਿਹੜੇ ਵੀ ਵਿਅਕਤੀ ਨੇ ਪੈਸੇ ਕਢਵਾਉਣੇ ਹੁੰਦੇ ਇੱਥੇ ਕਢਵਾ ਸਕਦਾ, ਫਿਰ ਅੱਗੇ ਜਾ ਕੇ ਹੋਰ ATM ਸ਼ਾਇਦ ਨਾ ਮਿਲੇ। ਅਤੇ ਇੱਥੇ ਤੁਸੀਂ ਪਿੰਨੀ ਪ੍ਰਸ਼ਾਦ ਲੈ ਸਕਦੇ ਹੋ। ਅਤੇ ਆਹ ਜਾਣਕਾਰੀ ਦਿੱਤੀ, ਇਹ ਤੁਸੀਂ ਦੇਖ ਸਕਦੇ ਹੋ। ਬਾਕੀ ਉੱਧਰ ਜੋੜਾ ਘਰ ਆ ਜਾਂਦਾ ਅਤੇ ਇੱਧਰ ਦਰਬਾਰ ਸਾਹਿਬ ਆ ਜਾਂਦਾ। ਅਤੇ ਜਿਹੜਾ ਵੀ ਵਿਅਕਤੀ ਲੇਟ ਆਊਗਾ ਉਹਨੂੰ ਫਿਰ ਆਹ ਭੀੜ ਦੇ ਵਿੱਚ ਲਾਈਨ ਦੇ ਵਿੱਚ ਲੱਗ ਕੇ ਰਜਿਸਟ੍ਰੇਸ਼ਨ ਕਰਵਾਉਣੀ ਪਊਗੀ। ਅਸੀਂ ਤਾਂ ਪਹਿਲਾਂ ਆ ਗਏ ਸੀ, ਸਾਨੂੰ 6 ਕਮਰਾ ਮਿਲ ਗਿਆ ਸੀ। ਕਿੰਨਾ ਸੋਹਣਾ ਵਿਊ ਆ ਰਿਹਾ ਨਾ ਸਾਰਿਆਂ ਦਾ। ਤੁਸੀਂ ਰਿਸ਼ੀਕੇਸ਼ ਹੇਮਕੁੰਡ ਸਾਹਿਬ ਗੁਰਦੁਆਰੇ ਦੇ ਵਿੱਚ ਰਹਿੰਦੇ ਹੋ ਤਾਂ ਤੁਹਾਨੂੰ ਅਗਰ ਕੰਬਲਾਂ ਵਗੈਰਾ ਦੀ ਲੋੜ ਆ, ਤੁਸੀਂ ਆਹ ਸਰੋਵਰ ਬਣਿਆ ਹੋਇਆ ਇਹਦੇ ਬਿਲਕੁਲ ਸਾਹਮਣੇ ਹੀ ਤੁਹਾਨੂੰ ਕੰਬਲ ਦੀ ਜਿਹੜੀ ਮੁਫਤ ਸੇਵਾ ਉਹ ਦਿੱਤੀ ਜਾਂਦੀ ਹੈ, ਤੁਸੀਂ ਲੈ ਸਕਦੇ। ਚਲੋ ਹੁਣ ਰੂਮ 'ਚ ਜਾਂਦੇ ਹਾਂ। ਹਾਂਜੀ, ਅਤੇ ਕਾਫੀ ਪਿਕਸ ਵਗੈਰਾ ਵੀ ਕਲਿੱਕ ਕੀਤੀਆਂ ਉੱਥੇ ਸਾਹਮਣੇ ਹੀ, ਸਾਰੀਆਂ ਹੀ ਵਲੌਗ ਦੇ ਵਿੱਚ ਅਸੀਂ ਪਾਵਾਂਗੇ, ਲਾਸਟ 'ਤੇ ਐਡਿਟ ਕਰਕੇ ਪਾਵਾਂਗੇ। ਕੁਛ ਪਿਕਸ ਅਸੀਂ ਪੁਰਾਣੀਆਂ ਪਾਵਾਂਗੇ ਜੋ ਅਸੀਂ ਫਸਟ ਟਾਈਮ ਛੋਟੇ ਹੁੰਦੇ ਰਿਸ਼ੀਕੇਸ਼ ਸਾਹਿਬ ਆਏ ਸੀ ਮੰਮਾ ਡੈਡੀ ਨਾਲ, ਅਤੇ ਅੱਜ ਵੀ ਮੰਮਾ ਡੈਡੀ ਨਾਲ ਆਏ ਹਾਂ, ਪਰ ਹੁਣ ਦਾਦਾ ਦਾਦੀ ਵੀ ਨਾਲ ਆਏ, ਉਹ ਤਾਂ ਦਾਦਾ ਦਾਦੀ ਵੀ ਨਾਲ ਆਏ ਸੀਗੇ, ਅਤੇ ਹੁਣ ਅਸੀਂ ਵੱਡੇ ਹੋ ਕੇ ਵੀ ਨਾਲੇ ਆਏ ਹਾਂ। ਅਤੇ ਫੈਮਿਲੀ ਨਾਲ ਜਿਹੜਾ ਆਨੰਦ ਆਉਂਦਾ ਦੈਟਸ ਅਨਬੀਟੇਬਲ, ਇਹ ਕਿਸੇ ਹੋਰ ਨਾਲ ਆਪਾਂ ਕਹਿ ਸਕਦੇ ਹਾਂ ਫੈਮਿਲੀ ਜਾਂ ਫਰੈਂਡਸ ਵਗੈਰਾ ਹੀ ਘੁੰਮ ਕੇ ਆਈਏ, ਪਰ ਫੈਮਿਲੀ ਨਾਲ ਜਿਹੜਾ ਆਨੰਦ ਆਉਂਦਾ ਉਹ ਵੱਖਰਾ ਹੀ ਹੁੰਦਾ। ਪੰਜਾਬੀਆਂ ਦੀ ਇਹ ਆਦਤ ਹੁੰਦੀ ਉਹ ਹੀ ਹੁੰਦੀ ਆ, ਡੈਫੀਨੇਟਲੀ ਟਿੱਕੇ ਕਮਰੇ 'ਚ ਨਹੀਂ ਬੈਠਦੇ ਹੈਗੇ, ਹੁਣ ਆ ਗੁਫਾ ਜੀ 'ਚ ਬਣ ਕੇ ਪਤਾ ਨਹੀਂ ਕਮਰਿਆਂ ਦੇ ਪਿੱਛੋਂ ਕੀ ਲੱਭਦੇ ਫਿਰਦੇ ਨੇ। ਵਾਹ 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 ਵਾਹ, ਆ ਜ਼ਿਆਦਾ ਵਧੀਆ। ਥੋੜ੍ਹੀ ਆਇਆ ਉਰੇ ਅਸੀਂ ਘੁੰਮਣ ਫਿਰਨ ਆਇਆ। ਹਾਂ ਹਾਂ, ਘੁੰਮਣ ਫਿਰਨ ਆਇਆ ਮੈਂ ਵੀ, ਥਾਂ ਪਤਾ ਨਹੀਂ ਕੀ ਲੱਭੀ ਫਿਰੀ ਜਾਂਦੇ ਨੇ। ਹਾਂ, ਪਹਾੜੀਆਂ ਪਹਾੜੀਆਂ ਦਿਖ ਰਹੀਆਂ ਨੇ, ਹੋਰ ਕੁਛ ਦਿਖ ਨਹੀਂ ਰਿਹਾ। ਉੱਧਰ ਜ਼ਿਆਦਾ ਸੋਹਣਾ। ਹਾਂਜੀ ਹਾਂ, ਦੇਖੋ ਆ ਜਾਓ ਸਰ, ਉੱਧਰ ਦੇਖੇ ਪਾਪਾ। ਵਾਹ, ਆਹ ਹਾਂ ਹਾਂ, ਕੱਲ ਨੂੰ ਇਹੋ ਜਿਹੀਆਂ ਪਹਾੜੀਆਂ ਤਾਂ ਆਪਾਂ ਕਿੰਨੀਆਂ ਕ੍ਰੋਸ ਕਰਾਂਗੇ। ਨਿਸ਼ਾਨ ਸਾਹਿਬ ਦਿਖ ਰਿਹਾ ਡੈਡੀ ਉਰੋਂ, ਬੱਦਲ ਕਿੰਨੇ ਸੋਹਣ ਲੱਗ ਰਹੇ ਨੇ। ਨਾਲੇ ਟਿੱਕੇ ਨੀ ਬੈਠਦੇ ਸੰਗਤਾਂ, ਨਾਲੇ ਪਾਣੀ ਤੇ ਗੇੜਾ ਤੇ ਗੇੜਾ ਚੜ ਰਿਹਾ। ਗਰਮੀ ਜ਼ਿਆਦੇ ਆ, ਪਾਣੀ ਪੀਣਾ ਪਊਗਾ। ਗਰਮੀ ਤਾਂ ਕਿੱਥੇ ਨੀ ਖਾਸ ਹੈ ਨੀ, ਪਰ ਐਵੇਂ ਆ ਚੜ ਕੇ ਆਇਆ ਉੱਪਰ ਤਾਂ ਕਰਕੇ, ਕਿਉਂਕਿ ਜਿਹੜਾ ਸਾਡਾ ਰੂਮ ਮਿਲਿਆ ਉਹ ਸਾਨੂੰ ਥਰਡ ਫਲੋਰ ਤੇ ਮਿਲਿਆ, ਇੰਨਾ ਸ਼ੁਕਰ ਮਨਾਓ ਵੀ ਮਿਲ ਗਿਆ, ਇਹ ਨਾ ਸੋਚੋ ਵੀ ਥਰਡ ਫਲੋਰ ਤੇ ਮਿਲਿਆ। ਸੁਖਮਨ, ਹਾਊ ਆਰ ਯੂ ਫੀਲਿੰਗ, ਹਾਊ ਆਰ ਯੂ ਫੀਲਿੰਗ ਨਾਓ? ਵਧੀਆ ਵੈਸੇ ਤਾਂ। ਅੱਛਾ ਜੀ, ਉੱਪਰ ਚੱਲ ਕੇ ਦੇਖ ਦੋ, ਉੱਪਰ ਕਲੀਅਰ ਦਿਖਣਾ।
ਚਲੋ ਹੁਣ ਉੱਪਰ ਜਾ ਕੇ ਦੇਖਦੇ ਹਾਂ ਕਿਵੇਂ ਦਾ ਵਿਊ ਆਉਂਦਾ। 7 ਵੱਜ ਚੁੱਕੇ ਨੇ ਅਤੇ ਸਵੇਰੇ 5 ਵਜੇ ਤੁਰਨਾ, ਪਰ ਫਿਰ ਵੀ ਟਿਕਿਆ ਨਹੀਂ ਜਾਂਦਾ ਸਾਡੇ ਤੋਂ ਕਿ ਅਸੀਂ ਇੱਕ ਜਗ੍ਹਾ 'ਤੇ ਟਿੱਕੇ ਬਹਿ ਜਾਈਏ। ਹਰ ਇੱਕ ਚੀਜ਼ ਐਕਸਪਲੋਰ ਕਰਨ 'ਤੇ ਤੁਰੇ ਹੋਏ ਹਾਂ, ਇਕੱਲੀ ਇਕੱਲੀ ਚੀਜ਼ ਦੇਖ ਕੇ ਜਾਵਾਂਗੇ। ਹੈਂ ਪਾਪਾ, ਮੈਂ ਇਕੱਲੀ ਇਕੱਲੀ ਚੀਜ਼ ਦੇਖ ਕੇ ਜਾਵਾਂਗੇ। ਉਹ ਦਿਖ ਰਿਹਾ, ਉਹ ਕਲੀਅਰ ਦਿਖ ਰਿਹਾ ਵੀ ਆਹ ਸੀ ਲਕਸ਼ਮਣ ਝੁੱਲਾ। ਉਸ ਟਾਈਮ ਮੈਂ ਤੇਰੇ ਨਾਨਕੇ ਨਾਲ ਆਇਆ ਸੀ ਹਰਿਦੁਆਰ ਰਿਸ਼ੀਕੇਸ਼, ਜਦੋਂ 23 ਝੂਲਿਆਂ ਦੇ ਝੂਟੇ ਦਵਾ ਕੇ ਲੈ ਕੇ ਗਏ ਤੇ 23 ਸਾਲ ਹੋ ਗਏ, ਅੱਜ ਵੀ ਇਹ ਝੂਲਿਆਂ ਦੇ ਝੂਟੇ ਲੈਂਦੇ ਲੈਂਦੇ ਜ਼ਿੰਦਗੀ ਲੰਘ ਰਹੀ ਆ, ਬਹੁਤ ਸੁੱਖਦਾਈ। ਬਹੁਤ ਹੀ ਸੋਹਣਾ ਗੁਰਦੁਆਰਾ ਹੈ ਜਿਹੜਾ ਰਿਸ਼ੀਕੇਸ਼ ਸਾਹਿਬ ਬਣਿਆ ਹੋਇਆ ਹੈ, ਅਤੇ ਹੁਣ ਅਸੀਂ ਜਮੀ ਲਾਸਟ ਫਲੋਰ ਦੇ ਉੱਤੇ ਹਾਂ, ਟੋਪ ਫਲੋਰ ਦੇ ਉੱਤੇ, ਅਤੇ ਇੱਥੋਂ ਵਿਊ ਬਹੁਤ ਹੀ ਜ਼ਿਆਦਾ ਸੋਹਣਾ ਆ ਰਿਹਾ, ਬਹੁਤ ਜ਼ਿਆਦਾ ਐਕਸਟ੍ਰੀਮਲੀ। ਇੱਕ ਚੀਜ਼ ਨੋਟਿਸ ਕਰ ਸਕਦੇ ਹਾਂ ਕਿ ਇਹ ਬਿਲਕੁਲ ਹੀ ਪਹਾੜੀਆਂ ਦੇ ਵਿੱਚ ਘਿਰਿਆ ਹੋਇਆ ਗੁਰਦੁਆਰਾ ਹੈ, ਜਿਹੜਾ ਇੱਧਰ ਵੀ ਪਹਾੜੀਆਂ ਉੱਧਰ ਵੀ ਪਹਾੜੀਆਂ, ਆਲੇ ਦੁਆਲੇ ਪਹਾੜੀਆਂ ਹੀ ਪਹਾੜੀਆਂ ਨੇ, ਪਹਾੜੀਆਂ ਦੇ ਵਿੱਚ ਬਣਿਆ ਹੋਇਆ ਹੈ ਗੁਰੂ ਘਰ, ਅਤੇ ਬਹੁਤ ਹੀ ਵਧੀਆ ਮੈਨੇਜਮੈਂਟ ਆ, ਅਤੇ ਬਹੁਤ ਹੀ ਵਧੀਆ ਲੱਗ ਰਿਹਾ ਸਾਨੂੰ ਆ ਕੇ। ਅਤੇ ਕੱਲ੍ਹ ਨੂੰ ਸਵੇਰੇ 5 ਵਜੇ ਤੁਰਨਾ, 7:15 ਹੋ ਚੁੱਕੇ, ਅਤੇ ਇਸ ਤੋਂ ਬਾਅਦ ਐਕਸਪਲੋਰ ਕਰਦੇ ਕਰਦੇ ਹੁਣ ਰੈਸਟ ਕਰਾਂਗੇ ਅਤੇ ਸਵੇਰੇ ਚੱਲਾਂਗੇ ਗੋਬਿੰਦ ਘਾਟ ਵੱਲ। ਇਹ ਗੈਲਰੀ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਬਣੀ ਹੋਈ ਹੈ, ਜਦੋਂ ਆਪਾਂ ਐਂਟਰ ਕਰਕੇ ਜਿੱਥੇ ਰਜਿਸਟ੍ਰੇਸ਼ਨ ਕਰਵਾਉਂਦੇ ਹਾਂ ਉੱਥੇ ਨਾਲ ਹੀ ਬਣੀ ਹੋਈ ਹੈ। ਵੈਸੇ ਅਸੀਂ ਵਿਜ਼ਿਟ ਨਹੀਂ ਕੀਤੀ ਸੀ ਕਿਉਂਕਿ ਟਾਈਮ ਘੱਟ ਸੀ, ਪਰ ਗੁਰਿੰਦਰਪਾਲ ਵੀਰੇ ਨੇ ਵੀਡੀਓ ਬਣਾਈ ਅਤੇ ਸਾਨੂੰ ਭੇਜ ਦਿੱਤੀ। ਵੀਰੇ ਅਤੇ ਉਹਨਾਂ ਦੇ ਪੇਰੈਂਟਸ ਨਾਲ ਸਾਡਾ ਬਹੁਤ ਵਧੀਆ ਸਾਥ ਬਣਿਆ। ਹੁਣ ਅਸੀਂ ਅੱਗੇ ਵਲੌਗ ਦੇ ਵਿੱਚ ਇਕੱਠੇ ਹੀ ਹੇਮਕੁੰਟ ਸਾਹਿਬ ਦੀ ਯਾਤਰਾ ਕਰਾਂਗੇ। ਵੀਰ ਜੀ ਇੱਕ ਬਹੁਤ ਹੀ ਵਧੀਆ ਰਾਈਡਰ ਵੀ ਨੇ, ਥੈਂਕ ਯੂ ਸੋ ਮੱਚ ਵੀਰੇ ਜਿਨ੍ਹਾਂ ਨੇ ਸਾਨੂੰ ਇਹ ਵੀਡੀਓ ਸੈਂਡ ਕੀਤੀ ਅਤੇ ਅਸੀਂ ਵੀ ਇਹ ਗੈਲਰੀ ਦੇ ਜਿਹੜੇ ਦਰਸ਼ਨ ਉਹ ਕਰ ਲਏ। ਅੱਜ ਦਾ ਵਲੌਗ ਅਸੀਂ ਇੱਥੇ ਐਂਡ ਕਰਦੇ ਹਾਂ ਬਹੁਤ ਸੋਹਣੇ ਵੈਦਰ ਦੇ ਇੰਜੋਏ ਦੇ ਨਾਲ, ਅਤੇ ਹੁਣ ਅਸੀਂ ਨੈਕਸਟ ਵਲੌਗ ਸਟਾਰਟ ਕਰਾਂਗੇ ਕੱਲ੍ਹ ਸਵੇਰੇ ਉੱਠ ਕੇ 5 ਵਜੇ। ਅਸੀਂ ਉਰੋਂ ਬੁਕਿੰਗ ਪਹਿਲੀ ਕਰਾ ਲਈ ਟੂਰ ਟਰੈਵਲਰ ਦੀ, ਸਵੇਰੇ ਅਸੀਂ 5 ਵਜੇ ਜਾਵਾਂਗੇ ਅਤੇ ਅਸੀਂ ਕੱਲ੍ਹ ਦਾ ਵਲੌਗ ਜਿਹੜਾ ਹੋਊਗਾ ਉਹ ਤੁਹਾਨੂੰ ਗੋਬਿੰਦ ਘਾਟ ਤੱਕ ਦਿਖਾਵਾਂਗੇ। ਥੈਂਕ ਯੂ ਸੋ ਮੱਚ, ਰੱਬ ਰੱਖਾ।